ASPN ਕੰਪਨੀ ਜਲੰਧਰ ਤੋਂ ਮਾਈਸੈਲਫ ਸਤੀਸ਼ ਰਾਣਾ ਅੱਜ ਮੈਂ ਪਿੰਡ ਜੋ ਕਿ ਉਨਾ ਹਿਮਾਚਲ ਪ੍ਰਦੇਸ਼ ਦੇ ਨਜ਼ਦੀਕ ਹੈ ਇੱਥੇ ਮੇਰੇ ਕਿਸਾਨ ਭਰਾ ਨੇ ਤ੍ਰਿਥੀ ਚੰਦ ਜੀ ਜਿਨ੍ਹਾਂ ਨੂੰ ਮੈਂ ਪ੍ਰੋਡਕਟ ਦਿੱਤਾ ਸੀ ਰੂਟ ਗਰੋ ਅਤੇ ਨਾਈਟਰੋ ਪਾਵਰ ਅਤੇ ਨਾਲ ਬੂਸਟ ਦਿੱਤਾ ਸੀ ਅਤੇ ਇਹਨਾਂ ਨੂੰ ਮੈਂ ਖੁਦ ਤ੍ਰਿਥੀ ਚੰਦ ਜੀ ਤੋਂ ਮੈਂ ਖੁਦ ਪੁੱਛਣਾ ਚਾਹੁੰਦਾ ਹੈ ਤੁਸੀਂ ਇਹ ਕਿਹੜੇ ਕਿਹੜੀਆਂ ਸਬਜ਼ੀਆਂ 'ਤੇ ਪਾਇਆ ਅਤੇ ਤੁਹਾਨੂੰ ਕੀ ਰਿਜ਼ਲਟ ਆਇਆ ਅਤੇ ਕੀ ਤੁਹਾਨੂੰ ਮਹਿਸੂਸ ਹੋਇਆ? ਹਾਂਜੀ ਤ੍ਰਿਥੀ ਜੀ, ਅਸੀਂ ਸਬਜ਼ੀ ਜਿਹੜੀ ਹੈ ਨਾ ਜੀ, ਇੱਕ ਲੌਕੀ, ਕਾਲੀ ਤੋਰੀ ਜੀ, ਕਰੇਲਾ ਜੀ, ਖੀਰਾ ਜੀ, ਸਾਨੂੰ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਬਹੁਤ ਅੱਛੇ ਮਿਲੇ ਜੀ। ਔਰ ਦੋ ਦਿਨਾਂ ਦੇ ਅਸੀਂ ਧੰਦੇ ਥੱਲੇ ਵਾਲੀ ਖਾਦ ਵੀ ਪਾਈ ਸੀ ਅਤੇ ਸਪਰੇ ਵੀ ਮਾਰ ਰਹੇ ਸੀ ਜੀ। ਜਦੋਂ ਪ੍ਰਿਥੀ ਚੰਦ ਜੀ ਆਪਾਂ ਤੁਹਾਡੇ ਕੋਲ ਸ਼ੁਰੂ 'ਚ ਆਏ ਸੀ, ਜਦੋਂ ਤੁਸੀਂ ਗਡਾਈ ਕਰ ਰਹੇ ਸੀ ਉਸ ਵੇਲੇ ਸਬਜ਼ੀ ਦੀ, ਆਪਾਂ ਤੁਹਾਨੂੰ ਉਸ ਵੇਲੇ ਖਾਦ ਦੇ ਕੇ ਗਏ ਸੀ ਰੂਟ ਗਰੋ ਅਤੇ ਨਾਈਟਰੋ ਪਾਵਰ, ਉਸ ਵੇਲੇ ਤੁਸੀਂ ਗਡਾਈ ਦੇ ਵਿੱਚ ਪਾਈ ਅਤੇ ਉਸ ਤੋਂ ਬਾਅਦ ਕਿ ਤੁਸੀਂ ਜਦੋਂ ਪਾਣੀ ਦਿੱਤਾ ਸੀ? ਬਾਰਿਸ਼ ਪੈ ਗਈ ਜੀ ਰਾਤ ਨੂੰ। ਬਾਰਿਸ਼ ਪਈ ਸੀ, ਵੈਰੀ ਗੁੱਡ। ਅਤੇ ਹੁਣ ਜਿਹੜੀ ਤੁਸੀਂ ਆਪਣਾ ਤੁਹਾਡਾ ਲੋਕੀ ਹੈ, ਚਾਹੇ ਤੁਹਾਡਾ ਘੀਆ ਹੈ, ਚਾਹੇ ਕੱਦੂ ਹੈ, ਚਾਹੇ ਖੀਰਾ ਹੈ, ਉਹਨਾਂ ਤੋਂ ਤੁਸੀਂ ਕਿੰਨੇ ਕਿੰਨਾ ਦਿਨਾਂ ਬਾਅਦ ਸਪਰੇਅ ਕਰ ਰਹੇ ਹਾਂ? ਜਿਹੜਾ ਸਾਡਾ ਬੂਸਟ ਹੈ ਕਿੰਨੇ ਦਿਨਾਂ ਬਾਅਦ ਕਰ ਰਹੇ ਹੋ? ਸਜਾਵਟ ਕਿੱਦਾਂ ਦੀ ਹੈ ਤੇ ਝਾੜ ਕਿੰਨਾ ਪਲੱਸ ਝੜ ਰਿਹਾ? ਕੁਛ ਮੌਸਮ ਦੀ ਬਿਮਾਰੀ ਵੀ ਰਹਿ ਗਈ। ਠੀਕ ਹੈ ਜੀ। ਵੈਸੇ ਦਵਾਈ ਸਪਰੇਅ ਦੇ ਨਾਲ ਸਾਨੂੰ ਕੁਆਲਿਟੀ ਅੱਛੀ ਹੋ ਗਈ ਹੈ ਤੇ ਝਾੜ ਵਧੀਆ ਜੀ। ਕਿੰਨਾ ਕੁ ਕੁਛ ਵੱਧ ਰਿਹਾ, ਮਹਿਸੂਸ ਹੋ ਰਿਹਾ ਕੁਛ ਤੁਹਾਨੂੰ? ਜਿੱਦਾਂ ਕੜਾਈ ਤੋੜਦੇ ਪਹਿਲਾਂ ਕਿੰਨੇ ਕਿੰਨੇ ਹੋਏ ਤੁਹਾਡੇ ਇੱਥੇ ਬੈਗ ਹੋਏ ਤੇ ਹੁਣ ਕਿੰਨੇ ਹੋ ਰਹੇ ਤੇ ਕਿੰਨੇ ਦਿਨਾਂ ਬਾਅਦ ਤੜਾਈ ਕਰ ਰਹੇ? ਅਸੀਂ ਤਕਰੀਬਨ 3 ਜਾਂ 4 ਦਿਨ ਬਾਅਦ ਤੜਾਈ ਕਰਦੇ। ਠੀਕ ਹੈ ਜੀ। ਤੇ 5-4 ਨਗ ਸਾਡੇ ਹਰ ਚੌਥੇ ਦਿਨ ਵੱਧ ਜਾਂਦੇ ਆ ਜੀ। ਤੇ ਤੁਸੀਂ ਆਪਣੇ ਪਿਰਥੀ ਜੀ ਆਪਣੇ ਕਿਸਾਨ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੈ ਕਿ ਇਹ ਜਿਹੜਾ ਸਾਡਾ ਖਾਦਾਂ ਔਰ ਸਾਡੀ ਜਿਹੜੀ ਬੂਸਟ ਹੈ ਤੇ ਉਹ ਕੀ ਆਪਣਾ ਯੂਜ਼ ਕਰਨਾ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਆ, ਇਹਦੇ ਬਾਰੇ ਜ਼ਰਾ ਦੱਸੋ? ਅਸੀਂ ਕਿਸਾਨ ਭਾਈਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਦਵਾਈ ਹੈ ਇਹਦਾ ਯੂਜ਼ ਕਰੋ, ਇਹਦਾ ਕਿ ਸਾਈਡ ਇਫੈਕਟ ਕੋਈ ਨਹੀਂ ਸਬਜ਼ੀ 'ਤੇ, ਔਰ ਵਧੀਆ ਝਾੜ ਲਈ ਇਹਦਾ ਵੱਧ ਤੋਂ ਵੱਧ ਇਸਤੇਮਾਲ ਕਰੋ। ਇਹ ਸਾਡਾ ਜਿਹੜਾ ਬੂਸਟ ਹੈ ਔਰ ਸਾਡੀਆਂ ਜਿਹੜੀਆਂ ਖਾਦਾਂ ਜੀ ਪਿਓਰ ਔਰਗੈਨਿਕ ਹੈ, ਇਹਨਾਂ ਨਾਲ ਕੋਈ ਵੀ ਨੁਕਸਾਨ ਨਹੀਂ ਹੈ। ਆਪਾਂ ਸਹੀ ਚੀਜ਼ਾਂ ਖਾਵਾਂਗੇ ਅਤੇ ਅੱਗੇ ਸਹੀ ਖਿਲਾਵਾਂਗੇ, ਜਿਹਦੇ ਨਾਲ ਸਾਡੇ ਆਉਣ ਵਾਲੇ ਜਿੱਦਾਂ ਸਾਡੇ ਕੋਈ ਬਿਮਾਰੀਆਂ ਆਉਂਦੀਆਂ ਉਹਨਾਂ ਤੋਂ ਵੀ ਸਾਨੂੰ ਛੁਟਕਾਰਾ ਮਿਲਦਾ ਹੈ। ਅਤੇ ਧੰਨਵਾਦ ਪ੍ਰਿਥੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਟੀਮ ਕੰਪਨੀ 'ਚ ਆਉਣ ਦਾ, ਅਤੇ ਅੱਗੇ ਤੋਂ ਵੱਧ ਤੁਸੀਂ ਪ੍ਰੋਡਕਟ 'ਚ ਹੁਣ ਯੂਜ਼ ਕਰੋ। ਅਤੇ ਪ੍ਰਿਥੀ ਜੀ, ਤੁਸੀਂ ਹੁਣ ਅੱਗੇ ਜਾਂ ਤੁਹਾਨੂੰ ਰਿਜ਼ਲਟ ਆਇਆ ਤਾਂ ਤੁਸੀਂ ਆਲੂਆਂ ਨੂੰ ਵੀ ਪਾਇਆ ਹੈ, ਅਤੇ ਆਲੂਆਂ ਨੂੰ ਜਿਹੜਾ ਪਾਇਆ ਤੁਸੀਂ ਕਿੰਨੇ ਏਕੜ ਨੂੰ ਪਾਇਆ? ਅਸੀਂ ਤਕਰੀਬਨ 1.5 ਏਕੜ ਨੂੰ ਪਾਏ। ਤੇ ਤੁਸੀਂ ਇਸ ਪ੍ਰੋਡਕਟ ਵੱਲੋਂ ਪੂਰੇ ਸੈਟਿਸਫਾਈ ਹੋ? ਇਹਦਾ ਰਿਜ਼ਲਟ ਹੈ, ਜੋ ਇਹਦੀ ਕੁਆਲਿਟੀ ਹੈ, ਤੁਹਾਨੂੰ ਤਸੱਲੀ ਹੈ ਇਹਦੇ 'ਚ? ਦਵਾਈ ਦੀ ਤਾਂ ਤਸੱਲੀ ਹੈ, ਲੇਕਿਨ ਜਿਹੜੀ ਮੌਸਮ ਦੀ ਮਾਰ, ਮੌਸਮ ਇੱਕ ਅਲੱਗ ਮੈਟਰ ਹੈ ਜੀ। ਮੌਸਮ ਬਾਰੇ ਨਹੀਂ ਆਪਾਂ ਪ੍ਰੋਡਕਟ ਦੀ ਗੱਲ ਕਰਦੇ ਹਾਂ, ਮੌਸਮ ਦਾ ਨਾ ਪ੍ਰੋਡਕਟ ਕੁਛ ਵੀ ਕਰ ਸਕਦੇ। ਹਾਂ, ਨਾ ਕੋਈ ਹੋਰ ਦਵਾਈ ਕੁਛ। ਮੌਸਮ ਤਾਂ ਜਿਹੜਾ ਹੁੰਦਾ ਤੇ ਯਕਦਮ ਹੀ ਮਾਰ ਜਾਂਦਾ ਹੈ, ਤੇ ਜਿਹੜਾ ਬਚਾਉਂਦਾ ਯਕਦਮ ਨਾ, ਤਾਂ ਸਾਡੇ ਪ੍ਰੋਡਕਟ 'ਚ ਜਿਹੜੀ ਹੈ ਸਾਡਾ ਔਰਗੈਨਿਕ ਪ੍ਰੋਡਕਟ ਹੈ ਜੀ। ਪ੍ਰੋਡਕਟ ਦਾ ਵਿੱਚ ਕੋਈ ਕਮੀ ਨਹੀਂ, ਲੇਕਿਨ ਜਿਹੜੀ ਮੌਸਮ ਦੀ ਮਾਰ ਉਹ ਨਹੀਂ ਪੇਸ਼ ਜਾਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸਾਡਾ ਅੱਜ ਬਹੁਤ ਬਹੁਤ ਹੀ ਸਵਾਗਤ ਹੈ। ASPN ਕੰਪਨੀ ਜਿੰਦਾਬਾਦ। ਪਲੀਜ਼ ਸਬਸਕ੍ਰਾਈਬ ਟੂ ਅਵਰ ASPN ਚੈਨਲ ਐਂਡ ਆਲਸੋ ਪ੍ਰੈਸ ਦ ਬੈਲ ਆਈਕਨ।